ਅਸਲਾਮੁ ਅਲੈਕਮ ਤੇ ਸਭ ਵੇਖਣ ਵਾਲਿਆਂ ਨੂੰ ਸੱਚੀ ਸਟੋਰੀ ਟੀਵੀ ਚੈਨਲ ਤੇ ਜੀ ਆਇਆਂ ਨੂੰ ਕਹਿੰਨੇ ਆ ਕਿ ਅੱਜ ਯਾਰ ਅਦਾਕਾਰਾ ਅੰਜਮਨ ਦੀ ਤੁਹਾਨੂੰ ਉਹ ਫਿਲਮ ਦੱਸਾਂਗੇ ਕਿ ਜਿਹਨੂੰ ਯਾਰ ਵੇਖ ਕੇ ਬੁੱਢੇ ਵੀ ਜਵਾਨ ਹੋ ਗਏ ਸਨ। ਤੇ ਉਹ ਕਿਹੜੀ ਫਿਲਮ ਹੈ ਤੇ ਕਿਹੜੇ ਸਨ ਦੇ ਵਿੱਚ ਆਈ ਤੇ ਕੀ ਉਹਦਾ ਨਾਂ ਹੈ ਤੇ ਅਦਾਕਾਰਾ ਅੰਜਮਨ ਨੇ ਉਸ ਫਿਲਮ ਦੇ ਵਿੱਚ ਕਿਹੜਾ ਐਸਾ ਕੰਮ ਕੀਤਾ ਕਿ ਯਾਰ ਜਿਹਨੂੰ ਵੇਖ ਕੇ ਬੁੱਢੇ ਵੀ 50-60 ਸਾਲ ਦੀ ਉਮਰ ਦੇ ਤੇ ਉਹ ਵੀ ਜਵਾਨ ਹੋ ਗਏ ਕਿ ਯਾਰ ਅਦਾਕਾਰਾ ਅੰਜਮਨ ਨੇ ਫਿਲਮ ਇੰਡਸਟਰੀ ਦੇ ਵਿੱਚ ਬੜਾ ਰਾਜ ਕੀਤਾ ਹੈ ਕਿ 1980 ਦੀ ਦਹਾਈ ਦੇ ਵਿੱਚ ਇਹ ਪਿਆਰਿਓ ਉਸ ਟਾਈਮ ਇਹਦਾ ਤੂਤੀ ਬੋਲਦਾ ਸੀ। ਅਤੇ ਉਹ ਪਿਆਰਿਓ ਕਿਹੜੀ ਫਿਲਮ ਹੈ ਕਿ ਜਿਹਨੂੰ ਵੇਖ ਕੇ ਬੁੱਢੇ ਵੀ ਜਵਾਨ ਹੋ ਗਏ। ਅਤੇ ਜੇ ਤੁਸੀਂ ਇਹ ਸਟੋਰੀ ਮੇਰੀ ਪੂਰੀ ਸੁਣਨਾ ਚਾਹੁੰਦੇ ਜੀ ਤੇ ਮੇਰੀ ਵੀਡੀਓ ਨਾਲ ਜੁੜੇ ਰਹੋ। ਤੇ ਜੇ ਸੋਹਣਿਓ ਤੁਸੀਂ ਮੇਰੇ ਚੈਨਲ ਤੇ ਪਹਿਲੀ ਦਫਾ ਆਏ ਜੇ ਤੇ ਯਾਰ ਮੁਹੱਬਤਾਂ ਦੇ ਨਾਲ ਇਹਨੂੰ ਸਬਸਕ੍ਰਾਈਬ ਵੀ ਕਰ ਦਿਓ ਤੇ ਆਓ ਫਿਰ ਵੀਡੀਓ ਸ਼ੁਰੂ ਕਰੀਏ ਤੇ ਅਸੀਂ ਤੁਹਾਨੂੰ ਦੱਸੀਏ ਕਿ ਯਾਰ ਉਹ ਅਦਾਕਾਰਾ ਅੰਜਮਨ ਦੀ ਕਿਹੜੀ ਫਿਲਮ ਹੈ ਤੇ ਕਿਹੜੇ ਸਨ ਦੇ ਵਿੱਚ ਆਈ ਕਿ ਯਾਰ ਜਿਹਨੂੰ ਵੇਖ ਕੇ 60 ਸਾਲ ਦੇ ਬਾਬੇ ਵੀ ਜਿਹੜੇ ਸਨ ਉਹ ਵੀ ਅਦਾਕਾਰਾ ਅੰਜਮਨ ਨੂੰ ਇਸ਼ਕ ਕਰ ਬੈਠੇ ਕਿ ਉਹਨਾਂ ਵੀ ਯਾਰ ਇਹਨੂੰ ਬੜਾ ਮੁਹੱਬਤਾਂ ਦਿੱਤੀਆਂ ਅਤੇ ਪਿਆਰ ਦਿੱਤੀਆਂ ਕਿ ਹਰ ਬੰਦਾ ਕਹਿੰਦਾ ਸੀ ਕਿ ਯਾਰ ਮੈਨੂੰ ਅਦਾਕਾਰਾ ਅੰਜਮਨ ਦੀ ਇਹ ਫਿਲਮ 'ਤੇ ਵਿਖਾਓ। ਅਤੇ ਉਸ ਫਿਲਮ ਦੇ ਵਿੱਚ ਅਦਾਕਾਰਾ ਅੰਜਮਨ 'ਤੇ ਇੱਕ ਗਾਣਾ ਪਿਕਚਰਾਈਜ਼ ਹੋਇਆ ਸੀ, ਰਾਤਾਂ ਨੂੰ ਇਸ਼ਕ ਦੀ ਹੋ ਗਈ ਬਰਸਾਤ। ਅਤੇ ਫਿਲਮ ਕਿਹੜੀ? ਉਹ ਪਿਆਰਿਓ 1999 ਦੇ ਵਿੱਚ ਫਿਲਮ ਆਈ ਸੀ ਬਲਾਵਲ, ਕਿ ਜਦੋਂ ਪਿਆਰਿਓ ਜ਼ਰਦਾਰੀ ਦੇ ਪੁੱਤ ਬਲਾਵਲ ਪੈਦਾ ਹੋਏ ਅਤੇ ਉਹਨਾਂ ਕਿਹਾ ਕਿ ਸਾਡੇ 'ਤੇ ਇਸ ਬਲਾਵਲ 'ਤੇ ਇੱਕ ਫਿਲਮ ਬਣਨੀ ਚਾਹੀਦੀ ਹੈ ਬਲਾਵਲ। ਅਤੇ ਉਹ ਪਿਆਰਿਓ ਫਿਰ ਫਿਲਮ ਸੁਲਤਾਰੀ ਦੀ ਅਤੇ ਅੰਜਮਨ 'ਤੇ ਪਿਕਚਰਾਈਜ਼ ਹੋਈ ਅਤੇ ਉਹਦੇ ਵਿੱਚ ਅਦਾਕਾਰਾ ਅੰਜਮਨ 'ਤੇ ਇੱਕ ਗਾਣਾ ਪਿਕਚਰਾਈਜ਼ ਹੋਇਆ ਸੀ, ਰਾਤੀ ਇਸ਼ਕ ਦੀ ਹੋ ਗਈ ਬਰਸਾਤ। ਅਤੇ ਉਸ ਫਿਲਮ ਦੇ ਵਿੱਚ ਉਸ ਗਾਣੇ 'ਤੇ ਸੈੱਟ 'ਤੇ ਅਦਾਕਾਰਾ ਅੰਜਮਨ ਨੇ ਆਪਦੇ ਗਲ ਦੇ ਬਟਨ ਖੋਲ੍ਹੇ ਸਨ। ਅਤੇ ਜਦੋਂ ਪਿਆਰੇ ਉਹ ਸੈਲਮੇ ਦੇ ਵਿੱਚ ਇਹ ਸੀਨ ਆਇਆ ਸੀ, ਮੈਂ ਕਹਿੰਦਾ ਕਿ ਲੋਕਾਂ ਨੇ ਯਾਰ ਖੂਬ ਇੰਜੋਏ ਕੀਤਾ ਅਤੇ ਬੜਕਾ ਮਾਰ ਮਾਰ ਕੇ ਥੱਕ ਗਿਆ ਕਿ ਅਦਾਕਾਰਾ ਅੰਜਮਨ ਦਾ ਇਹ ਸੀਨ, ਦੁਨੀਆ ਬੜੀ ਤਰਸਦੀ ਸੀ ਇਹੋ ਜਿਹਾ ਸੀਨ ਵੇਖਣ ਨੂੰ, ਕਿਉਂਕਿ ਅਦਾਕਾਰਾ ਅੰਜਮਨ ਨੇ ਬੜਾ ਸਾਫ਼ ਸੁਥਰਾ ਕੰਮ ਕੀਤਾ, ਇਹਨੇ ਵੱਡਾ ਗਲਾ ਪਾ ਕੇ ਨਹੀਂ ਕੰਮ ਕੀਤਾ। ਅਤੇ ਇਸ ਫਿਲਮ ਦੇ ਵਿੱਚ ਜਦੋਂ ਇਹ ਅਦਾਕਾਰਾ ਅੰਜਮਨ ਨੇ ਇਹ ਸੀਨ ਵਿਖਾਇਆ ਅਤੇ ਜਿਹੜੇ ਬੁੱਢੇ ਸਨ ਨਾ 60-70 ਸਾਲ ਦੇ, ਉਹ ਵੀ ਚੇਚਾ ਯਾਰ ਉਸ ਦੌਰ ਦੇ VCR ਹੁੰਦੇ ਸਨ ਅਤੇ ਉਹਨਾਂ ਚੇਚਾ ਮੁੰਡਿਆਂ ਨੂੰ ਕਹਿਣਾ ਕਿ ਯਾਰ VCR ਲੈ ਕੇ ਆਓ ਅਤੇ ਫਿਲਮ ਬਲਾਵਲ ਲੈ ਕੇ ਆਇਆ ਜੀ, ਕਿਉਂ ਉਹਦੇ 'ਤੇ ਗਾਣਾ ਇੱਕ ਅਦਾਕਾਰਾ ਅੰਜਮਨ 'ਤੇ ਪਿਕਚਰਾਈਜ਼ ਹੋਇਆ ਅਤੇ ਉਹ ਅਸੀਂ ਉਹ ਸੀਨ ਵੇਖਣਾ। ਅਤੇ ਇਸ ਤਰ੍ਹਾਂ ਪਿਆਰੇ 1999 ਦੇ ਵਿੱਚ ਫਿਲਮ ਬਲਾਵਲ ਦੇ ਵਿੱਚ ਅਦਾਕਾਰਾ ਅੰਜਮਨ ਨੇ ਜਿਹੜਾ ਕੰਮ ਕੀਤਾ ਨਾ ਉਹ ਥੋੜ੍ਹਾ ਜਿਹਾ ਹੋਰ ਅਤੇ ਸੈਕਸੀ ਕੰਮ ਕੀਤਾ। ਅਤੇ ਪਿਆਰਿਓ ਫਿਲਮ ਜਦੋਂ ਸੈਲਮੇ ਦੇ ਵਿੱਚ ਲੱਗੀ ਸੀ ਨਾ ਤਾਂ ਮੈਂ ਕਹਿੰਦਾ ਕਿ ਰਸ਼ ਪੈ ਗਿਆ ਸੀ ਕਿ ਲੋਕਾਂ ਨੇ ਬਹੁਤ ਜ਼ਿਆਦਾ ਅਦਾਕਾਰ ਅੰਜਮਨ ਨੂੰ ਪਿਆਰ ਦਿੱਤਾ ਅਤੇ ਫਿਲਮ ਵੀ ਸੁਪਰ ਡੁਪਰ ਹਿੱਟ ਗਈ ਸੀ। ਅਤੇ ਇਹ ਜੇ ਪਿਆਰਿਓ ਸਾਡੀ ਅੱਜ ਦੀ ਸਟੋਰੀ ਫਿਲਮ ਬਲਾਵਲ ਦੇ ਉੱਤੇ ਅਤੇ ਅਦਾਕਾਰ ਅੰਜਮਨ ਨੇ ਇਸ ਫਿਲਮ ਦੇ ਵਿੱਚ ਬੁੱਢਿਆਂ ਨੂੰ ਵੀ ਜਵਾਨ ਕਰਕੇ ਰੱਖ ਦਿੱਤਾ ਸੀ। ਅਤੇ ਜੇ ਸਾਡੀ ਸਟੋਰੀ ਤੁਹਾਨੂੰ ਚੰਗੀ ਲੱਗੀ ਹੈ ਤਾਂ ਇਹਨੂੰ ਸੁਣਿਓ, ਫਿਰ ਲਾਈਕ ਸ਼ੇਅਰ ਕਰੋ, ਅੱਗੇ ਯਾਰਾਂ ਬੇਲੀਆਂ ਨਾਲ ਸ਼ੇਅਰ ਕਰਿਆ ਕਰੋ। ਅਤੇ ਪਿਆਰਿਓ ਤੁਸੀਂ ਮੁਹੱਬਤਾਂ ਦਿੰਦੇ ਜੇ, ਇਹ ਤੁਹਾਡੇ ਪਿਆਰ ਦੇਣ ਦਾ ਬਹੁਤ ਹੀ ਜ਼ਿਆਦਾ ਸ਼ੁਕਰੀਆ।
ਅਤੇ ਹੁਣ ਸਾਨੂੰ ਇਜਾਜ਼ਤ ਦਿਓ, ਇਸੇ ਤਰ੍ਹਾਂ ਦੀ ਜਾਣਕਾਰੀ ਨਾਲ ਹੀ ਜਲਦੀ ਤੁਹਾਨੂੰ ਮਿਲਾਂਗੇ, ਅਤੇ ਅੱਲਾ ਨਿਗਹਿਬਾਨ।